ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜੇ ਤੁਸੀਂ ਅਤੇ ਮੈਂ ਹਰਸਰਵਣ ਇਸ ਵਕਤ ਅੰਦਰੂਨ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ। ਮੌਸਮ ਦੇ ਹਾਲਾਤ ਤੁਹਾਨੂੰ ਦੱਸਣ ਲਈ ਤੁਹਾਡੇ ਰੂਬਰੂ ਹੋਏ ਹਾਂ। ਜੇਕਰ ਗੱਲ ਕਰੀਏ ਪਿਛਲੇ 3-4 ਦਿਨ ਦੀ ਤਾਂ ਧੁੰਦ ਤੋਂ ਨਿਜਾਤ ਜਿਹੜੀ ਅੰਮ੍ਰਿਤਸਰ ਵਾਸੀਆਂ ਨੂੰ ਮਿਲੀ ਸੀ ਔਰ ਪਾਰੇ ਦੇ ਵਿੱਚ ਥੋੜ੍ਹੀ ਬੜੋਤਰੀ ਜਿਹੜੀ ਜ਼ਰੂਰ ਹੋਈ ਸੀ, ਪਰ ਠੰਡ ਦਾ ਕਹਿਰ ਲਗਾਤਾਰ ਜਾਰੀ ਸੀ। ਪਰ ਅੱਜ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਵਿੱਚ ਸੰਘਣੀ ਧੁੰਦ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈ। ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ 'ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅੰਦਰੂਨ ਅੰਮ੍ਰਿਤਸਰ ਦੇ ਵਿੱਚ ਸੰਘਣੀ ਧੁੰਦ ਨੇ ਇੱਕ ਵਾਰੀ ਫਿਰ ਪੂਰੇ ਅੰਮ੍ਰਿਤਸਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਤਸਵੀਰਾਂ ਤੁਹਾਡੀ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਕਦਰ ਸੰਘਣੀ ਧੁੰਦ ਜਿਹੜੀ ਹੈ ਉਹ ਇਸ ਵਕਤ ਪਈ ਹੋਈ ਹੈ, ਔਰ ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਵਾਹਨਾਂ ਦੀ ਰਫ਼ਤਾਰ ਇੱਕ ਵਾਰੀ ਫਿਰ ਜਿਹੜੀ ਆ ਉਹ ਮੱਠੀ ਹੋ ਚੁੱਕੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਸੰਘਣੀ ਧੁੰਦ ਨੇ ਆਪਣੇ ਪੈਰ ਪਸਾਰ ਰਹੇ ਨੇ, ਜਿਸ ਤੋਂ ਬਾਅਦ ਹੁਣ ਠੰਡ ਇੱਕ ਵਾਰ ਫਿਰ ਜਿਹੜੀ ਆ ਵੱਧ ਗਈ ਹੈ। ਬੇਸ਼ੱਕ ਪਿਛਲੇ 2-3 ਦਿਨ ਤੋਂ ਮੌਸਮ ਜਿਹੜਾ ਸਾਫ਼ ਸੀ, ਧੁੰਦ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਨਹੀਂ ਮਿਲੀ, ਪਰ ਠੰਡ ਦਾ ਕਹਿਰ ਲਗਾਤਾਰ ਜਾਰੀ ਸੀ। ਪਰ ਇੱਕ ਵਾਰ ਫਿਰ ਜਿਵੇਂ ਅੱਜ ਧੁੰਦ ਡਿੱਗੀ ਹੈ ਤਾਂ ਇੱਕ ਵਾਰ ਫਿਰ ਮੌਸਮ ਨੇ ਆਪਣਾ ਮਿਜ਼ਾਜ ਹੋਰ ਬਦਲ ਲਿਆ ਔਰ ਠੰਡ ਜਿਹੜੀ ਆ ਉਹ ਹੋਰ ਜ਼ਿਆਦਾ ਵੱਧ ਗਈ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ ਦਾ ਤਾਪਮਾਨ ਜਿਹੜਾ ਉਹ 6°C ਜਿਹੜਾ ਉਹ ਦਰਜ ਕੀਤਾ ਗਿਆ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ ਅੰਦਰੂਨ ਅੰਮ੍ਰਿਤਸਰ ਦੀਆਂ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਸੰਘਣੀ ਧੁੰਦ ਦੀ ਚਾਦਰ ਨੇ ਪੂਰੀ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਨੂੰ ਆਪਣੇ ਫਿਰ ਇੱਕ ਵਾਰ ਕਲਾਵੇ ਦੇ ਵਿੱਚ ਲੈ ਲਿਆ। ਅਸਮਾਨ ਤੋਂ ਧੁੰਦ ਇਵੇਂ ਡਿੱਗ ਰਹੀ ਹੈ ਜਿਵੇਂ ਬਰਸਾਤ ਹੋ ਰਹੀ ਹੋਵੇ, ਹਲਕੀਆਂ ਕਣੀਆਂ ਜਿਹੜੀਆਂ ਉਹ ਪੈ ਰਹੀਆਂ ਹੋਣ, ਔਰ ਜੇਕਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਧੁੰਦ ਦੇ ਨਾਲ ਪਾਰਾ ਹੋਰ ਜਿਹੜਾ ਥੱਲੇ ਡਿੱਗ ਗਿਆ, ਜਿਸ ਤੋਂ ਬਾਅਦ ਠੰਡ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ। ਬਰਸਾਤ ਹੋਣ ਦੇ ਕਿਆਸ ਲਗਾਤਾਰ ਲਗਾਏ ਜਾ ਰਹੇ ਸੀ, ਪਰ ਇਸ ਧੁੰਦ ਨੇ ਇੱਕ ਵਾਰ ਫਿਰ ਅਸਮਾਨ ਤੋਂ ਡਿੱਗ ਕੇ ਉਹਨਾਂ ਕਿਆਸਾਂ ਦੇ ਉੱਤੇ ਵਿਰਾਮ ਲਗਾ ਦਿੱਤਾ ਹੈ। ਕਿਉਂਕਿ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਨੇ ਪਹਿਲਾਂ ਹੀ ਚਿਤਾ ਦਿੱਤਾ ਸੀ ਕਿ ਅਜੇ ਇੱਕ ਹਫ਼ਤਾ ਠੰਡ ਤੋਂ ਨਿਜਾਤ ਮਿਲਣ ਵਾਲੀ ਨਹੀਂ ਲੱਗਦੀ, ਔਰ ਦੂਸਰੇ ਪਾਸੇ ਅਜੇ ਤੱਕ ਬਰਸਾਤ ਹੋਣ ਦੀ ਕੋਈ ਵੀ ਆਸ ਨਹੀਂ ਹੈ। ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚੇ ਸਕੂਲ ਨੂੰ ਜਿਹੜੇ ਨੇ ਉਹ ਜਾ ਰਹੇ ਨੇ, ਔਰ ਦੂਸਰੇ ਪਾਸੇ ਠੰਡ ਦਾ ਕਹਿਰ ਵੀ ਲਗਾਤਾਰ ਜਾਰੀ ਹੈ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ, ਤੁਸੀਂ ਦੇਖ ਰਹੇ ਹੋ ਕਿ ਇਹ ਅੰਮ੍ਰਿਤਸਰ ਅਟਾਰੀ ਸੜਕ ਮਾਰਗ ਆ ਜਿਹੜਾ ਸਭ ਤੋਂ ਵੱਧ ਚੱਲਦਾ। ਇਸੇ ਰੋਡ ਦੇ ਉੱਪਰ ਯੂਨੀਵਰਸਿਟੀ ਖਾਲਸਾ ਕਾਲਜ ਅਤੇ ਹੋਰ ਕਈ ਇੰਸਟੀਚਿਊਟ ਜਿਹੜੇ ਆ ਉਹ ਬਣੇ ਹੋਏ ਨੇ, ਜਿਸ ਦੇ ਚੱਲਦਿਆਂ ਸਭ ਤੋਂ ਵੱਧ ਰਸ਼ ਜਿਹੜਾ ਇਸੇ ਸੜਕ ਦੇ ਉੱਪਰ ਰਹਿੰਦਾ। ਮਾਫ਼ ਕਰਨਾ, ਔਰ ਇਸ ਵਕਤ ਜੋ ਹਾਲਾਤ ਨੇ ਅੰਮ੍ਰਿਤਸਰ ਦੇ ਉਹ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਸੰਘਣੀ ਧੁੰਦ ਦੀ ਚਾਦਰ ਨੇ ਇੱਕ ਵਾਰ ਫਿਰ ਪੂਰੇ ਅੰਮ੍ਰਿਤਸਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਅਤੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਸੰਘਣੀ ਧੁੰਦ ਜਿਹੜੀ ਆ ਉਹ ਡਿੱਗਣੀ ਸ਼ੁਰੂ ਹੋ ਚੁੱਕੀ ਹੈ। ਜੇਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਅਨੁਸਾਰ ਇੱਕ ਵਾਰ ਫਿਰ ਠੰਡ ਨੇ ਜਿਹੜਾ ਜ਼ੋਰ ਫੜਿਆ ਔਰ ਲਗਾਤਾਰ ਇਹ ਠੰਡ ਦਾ ਕਹਿਰ ਜਿਹੜਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਤਸਵੀਰਾਂ ਜਿਹੜੀਆਂ ਤੁਹਾਨੂੰ ਸਕਰੀਨ 'ਤੇ ਦਿਖਾ ਰਹੇ ਹਾਂ, ਤੁਸੀਂ ਦੇਖ ਰਹੇ ਹੋ ਕਿ ਕਿਸ ਕਦਰ ਚਿੱਟੀ ਧੁੰਦ ਦੀ ਚਾਦਰ ਨੇ ਇੱਕ ਵਾਰ ਫਿਰ ਅੰਮ੍ਰਿਤਸਰ ਨੂੰ ਘੇਰ ਲਿਆ ਔਰ ਕਿਤਨਾ ਕਿਤੇ ਜਿਹੜੀ ਬਰਸਾਤ ਹੋ ਰਹੀ, ਮਾਫ਼ ਕਰਨਾ, ਜਿਹੜੀ ਅਸਮਾਨ ਤੋਂ ਤਰੇਲ ਜਿਹੜੀ ਡਿੱਗ ਰਹੀ ਹੈ ਕਣੀਆਂ ਦੀ ਭੂਰ ਦੇ ਵਾਂਗਰ, ਉਸਨੇ ਹੋਰ ਠੰਡ ਦੇ ਵਿੱਚ ਵੱਡਾ ਇਜ਼ਾਫਾ ਜਿਹੜਾ ਉਹ ਕੀਤਾ। ਲੰਮੇ ਸਮੇਂ ਤੋਂ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਲਗਾਤਾਰ ਇਹ ਚਿਤਾਇਆ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਵਾਰ ਫਿਰ ਧੁੰਦ ਜਿਹੜੀ ਆ ਜ਼ੋਰ ਫੜ ਸਕਦੀ ਹੈ, ਔਰ ਮੌਸਮ ਵਿਭਾਗ ਦੀ ਭਵਿੱਖਬਾਣੀ ਜਿਹੜੀ ਉਹ ਕਿਤੇ ਨਾ ਕਿਤੇ ਸੱਚ ਹੁੰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਕਿ ਕਿਸ ਕਦਰ ਸੰਘਣੀ ਧੁੰਦ ਦੀ ਚਾਦਰ ਨੇ ਪੂਰੇ ਅੰਮ੍ਰਿਤਸਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਅਤੇ ਠੰਡ ਨੇ ਇੱਕ ਵਾਰ ਫਿਰ ਜਿਹੜਾ ਜ਼ੋਰ ਫੜ ਲਿਆ। ਜੇਕਰ ਮੌਜੂਦਾ ਤਾਪਮਾਨ ਦੀ ਗੱਲ ਕਰਾਂ ਤਾਂ 6°C ਤਾਪਮਾਨ ਜਿਹੜਾ ਉਹ ਅੰਮ੍ਰਿਤਸਰ ਦਾ ਦਰਜ ਕੀਤਾ ਜਾ ਰਿਹਾ। ਇਸ ਵਕਤ ਹਾਲਾਤ ਇਹ ਨੇ ਕਿ ਸ਼ੀਤ ਲਹਿਰ ਚੱਲਣ ਦੇ ਚੱਲਦਿਆਂ, ਠੰਡੀਆਂ ਹਵਾਵਾਂ ਚੱਲਣ ਦੇ ਚੱਲਦਿਆਂ, ਔਰ ਤੀਸਰਾ ਧੁੰਦ ਡਿੱਗਣ ਦੇ ਕਰਕੇ ਪਾਰਾ ਜਿਹੜਾ ਹੋਰ ਥੱਲੇ ਹੋ ਗਿਆ ਔਰ ਹੱਡ ਚੀਰਵੀਂ ਠੰਡ ਜਿਹੜੀ ਅੰਮ੍ਰਿਤਸਰ ਦੇ ਵਿੱਚ ਪੈ ਰਹੀ ਹੈ। ਜੇਕਰ ਗੱਲ ਕਰੀਏ ਮੌਜੂਦਾ ਤਾਪਮਾਨ ਦੀ ਤਾਂ 6°C ਤਾਪਮਾਨ ਦਰਜ ਕੀਤਾ ਜਾ ਰਿਹਾ, ਪਰ ਜੇ ਮਹਿਸੂਸ ਕਰਨ ਦੀ ਗੱਲ ਕੀਤੀ ਜਾਵੇ ਤਾਂ ਮਹਿਜ਼ 4°C ਤਾਪਮਾਨ ਜਿਹੜਾ ਉਹ ਮਹਿਸੂਸ ਹੋ ਰਿਹਾ। ਇਸ ਤਰ੍ਹਾਂ ਨਾਲ ਵੇਖਿਆ ਜਾਵੇ
ਤਾਂ ਕੁੱਲ ਮਿਲਾ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਉਹ ਠੰਡ ਨੇ ਪੂਰੀ ਤਰ੍ਹਾਂ ਦੇ ਨਾਲ ਜ਼ੋਰ ਫੜ ਲਿਆ। ਸ਼ਹਿਰ ਦੇ ਅੰਦਰੂਨ ਹਿੱਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਜੇਕਰ ਸ਼ਹਿਰ ਦੇ ਅੰਦਰੂਨ ਹਿੱਸਿਆਂ ਦੇ ਹਾਲਾਤ ਇਹ ਨੇ ਤਾਂ ਫਿਰ ਬਾਹਰੀ ਇਲਾਕਿਆਂ ਦੇ ਕੀ ਹਾਲਾਤ ਹੋਣਗੇ, ਬਾਈਪਾਸ ਦੇ ਕੀ ਹਾਲਾਤ ਹੋਣਗੇ ਜਾਂ ਫਿਰ ਦਿਹਾਤ ਇਲਾਕਿਆਂ ਦੇ ਕੀ ਹਾਲਾਤ ਹੋਣਗੇ। ਵਿਜ਼ੀਬਿਲਟੀ ਜਿਹੜੀ ਇੱਕ ਵਾਰ ਫਿਰ ਧੁੰਦ ਪੈਂਦੇ ਚੱਲਦੇ ਤਕਰੀਬਨ ਜ਼ੀਰੋ ਹੋ ਚੁੱਕੀ ਹੈ। ਵਾਹਣਾਂ ਦੀ ਰਫ਼ਤਾਰ 'ਤੇ ਬ੍ਰੇਕ ਜਿਹੜੀ ਲੱਗ ਚੁੱਕੀ ਹੈ। ਇਸੇ ਸੜਕ 'ਤੇ ਉੱਪਰ ਜਿੱਥੇ ਤੁਹਾਨੂੰ ਪਹਿਲਾਂ 2 ਦਿਨ ਪਹਿਲਾਂ ਦਿਖਾਇਆ ਸੀ ਕਿ ਕਿਸ ਤਰ੍ਹਾਂ ਪੂਰੀ ਤੇਜ਼ੀ ਦੇ ਨਾਲ ਵਾਹਨ ਜਿਹੜੇ ਆਪਣੀ ਮੰਜ਼ਿਲ ਵੱਲ ਨੂੰ ਵੱਧਦੇ ਹੋਏ ਨਜ਼ਰ ਆਏ ਲਗਾਤਾਰ 2 ਦਿਨ, ਪਰ ਅੱਜ ਇੱਕ ਵਾਰ ਫਿਰ ਸੰਘਣੀ ਧੁੰਦ ਨੇ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਅਸਮਾਨ ਨੂੰ ਟੱਕ ਲਿਆ ਅਤੇ ਇੱਕ ਵਾਰ ਫਿਰ ਵਿਜ਼ੀਬਿਲਟੀ ਜਿਹੜੀ ਹੈ ਉਹ ਜ਼ੀਰੋ ਹੋ ਚੁੱਕੀ ਹੈ। ਸਭ ਤੋਂ ਵੱਧ ਦਿੱਕਤਾਂ ਜਿਹੜੀਆਂ ਨੇ ਉਹ ਦੁਪਹੀਆ ਵਾਹਨ ਚਾਲਕਾਂ ਨੂੰ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ, ਕਿਉਂਕਿ ਕਾਰਨ ਕੀ ਹੈ ਕਿ ਸਿੱਧੀ ਠੰਡ ਜਦ ਵੱਜਦੀ ਹੈ ਤਾਂ ਠੰਡ ਦੇ ਨਾਲ ਲੱਗਣ ਵਾਲੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਦੁਪਹੀਆ ਵਾਹਨ ਚਾਲਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀਆਂ ਨੇ। ਤਸਵੀਰਾਂ ਤੁਹਾਡੀ ਸਕਰੀਨ 'ਤੇ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਕਿ ਕਿਸ ਕਦਰ ਵਾਹਨਾਂ ਦੀ ਰਫ਼ਤਾਰ ਜਿਹੜੀ ਆ ਉਹ ਮੱਠੀ ਹੋ ਚੁੱਕੀ ਹੈ, ਪਰ ਜਿਨ੍ਹਾਂ ਲੋਕਾਂ ਨੇ ਜ਼ਰੂਰੀ ਕੰਮਾਂ ਕਾਜਾਂ ਵਾਸਤੇ ਘਰਾਂ ਤੋਂ ਬਾਹਰ ਜਾਣਾ, ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਜਿਹੜਾ ਘਰਾਂ ਤੋਂ ਬਾਹਰ ਨਿਕਲਣਾ ਪੈਂਦਾ ਹੈ। ਪਰ ਫਿਲਹਾਲ ਤੁਸੀਂ ਦੇਖ ਰਹੇ ਹੋ ਕਿ ਰੋਜ਼ ਆਪਣੇ ਕੰਮਾਂ ਕਾਰਾਂ 'ਤੇ ਜਾਣ ਵਾਲੇ ਲੋਕ ਲਗਾਤਾਰ ਜਿਹੜੇ ਆ ਸੜਕ ਮਾਰਗ ਰਾਹੀਂ ਦੇ ਗੁਜ਼ਰ ਰਹੇ ਨੇ ਵੱਖ ਵੱਖ ਵਾਹਨਾਂ ਦੇ ਰਾਹੀਂ, ਪਰ ਵਾਹਨਾਂ ਦੀਆਂ ਲਾਈਟਾਂ ਅਜੇ ਤੱਕ ਜਗੀਆਂ ਹੋਈਆਂ ਨੇ, ਕਿਉਂਕਿ ਸੰਘਣੀ ਧੁੰਦ ਹੈ। ਜਿਹੜੇ ਵਾਹਨ ਦਿਹਾਤ ਇਲਾਕਿਆਂ ਵੱਲੋਂ ਆਉਂਦੇ ਨੇ, ਅੰਮ੍ਰਿਤਸਰ ਤੋਂ ਬਾਹਰੀ ਇਲਾਕਿਆਂ ਤੋਂ ਆਉਂਦੇ ਨੇ, ਉਹਨਾਂ ਦੀਆਂ ਲਾਈਟਾਂ ਜਿਹੜੀਆਂ ਤੁਹਾਨੂੰ ਜਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਹੋਣਗੀਆਂ, ਕਿਉਂਕਿ ਜੇਕਰ ਬਾਹਰ ਦੇ ਹਾਲਾਤਾਂ ਦੀ ਗੱਲ ਕਰਾਂ, ਅੰਮ੍ਰਿਤਸਰ ਤੋਂ ਬਾਹਰ ਦੇ ਹਾਲਾਤਾਂ ਦੀ, ਖੁੱਲ੍ਹੇ ਇਲਾਕੇ ਦੀ ਗੱਲ ਕਰੀਏ ਜਾਂ ਬਾਈਪਾਸ ਦੇ ਇਲਾਕੇ ਦੀ ਗੱਲ ਕਰੀਏ, ਤਾਂ ਵਿਜ਼ੀਬਿਲਟੀ ਜਿਹੜੀ ਆ ਬਿਲਕੁਲ ਜ਼ੀਰੋ ਹੋ ਚੁੱਕੀ ਹੈ। ਔਰ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਹੋਰ ਸ਼ੀਤ ਲਹਿਰ ਜਿਹੜੀ ਉਹ ਚੱਲ ਸਕਦੀ ਹੈ, ਠੰਡੀਆਂ ਹਵਾਵਾਂ ਚੱਲ ਸਕਦੀਆਂ, ਠੰਡ ਦੇ ਵਿੱਚ ਬੜੋਤਰੀ ਜਿਹੜੀ ਆ ਹੋ ਸਕਦੀ ਹੈ। ਅੱਜ ਜਨਵਰੀ ਮਹੀਨਾ ਤਕਰੀਬਨ ਜਿਹੜਾ ਉਹ ਇੱਕ ਹਫ਼ਤਾ ਰਹਿ ਗਿਆ ਖਤਮ ਹੋਣ ਨੂੰ, ਔਰ ਫਰਵਰੀ ਮਹੀਨਾ ਜਿਹੜਾ ਉਹ ਸ਼ੁਰੂ ਹੋਵੇਗਾ, ਤਾਂ ਫਰਵਰੀ ਮਹੀਨੇ ਦੀ ਸ਼ੁਰੂਆਤ ਪਹਿਲੇ ਹਫ਼ਤੇ ਦੇ ਤੱਕ ਜਿਹੜਾ ਅਜਿਹੇ ਹੀ ਹਾਲਾਤ ਜਿਹੜੇ ਬਣੇ ਰਹਿਣ ਦਾ ਅਨੁਮਾਨ ਜਿਹੜਾ ਮੌਸਮ ਵਿਭਾਗ ਵੱਲੋਂ ਲਿਜਾਇਆ ਜਾ ਰਿਹਾ। ਤੁਸੀਂ ਸਕਰੀਨ 'ਤੇ ਦੇਖਿਆ ਕਿ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਆਪਣੇ ਸਾਈਕਲਾਂ 'ਤੇ ਸਵਾਰ ਹੋ ਕੇ ਜਿਹੜੇ ਨੇ ਉਹ ਆਪਣੇ ਸਕੂਲ ਵੱਲ ਨੂੰ ਵੱਧ ਰਹੇ ਨੇ, ਪਰ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਇਸ ਹੱਡ ਚੀਰਵੀਂ ਠੰਡ ਦੇ ਚੱਲਦਿਆਂ ਜਿੱਥੇ ਚੰਗੇ ਭਲੇ ਉਮਰ ਦੇ ਨੌਜਵਾਨ ਜਾਂ ਹੋਰ ਮੱਧ ਵਰਗੀ ਜਿਹੜੇ ਉਮਰ ਦੇ ਲੋਕ ਨੇ ਉਹਨਾਂ ਵਾਸਤੇ ਬੇਹੱਦ ਔਖਾ ਹੋਇਆ ਪਿਆ, ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਛੋਟੇ ਛੋਟੇ ਬੱਚਿਆਂ ਦਾ ਅਜਿਹੀ ਠੰਡ ਦੇ ਵਿੱਚ ਕੀ ਹਾਲਾਤ ਜਿਹੜਾ ਉਹ ਬਣਦੇ ਹੋਣਗੇ। ਕਿਉਂਕਿ ਵੇਖਿਆ ਜਾਵੇ ਤਾਂ ਹਸਪਤਾਲਾਂ ਦੇ ਵਿੱਚ, ਜ਼ਿਆਦਾਤਰ ਕਲੀਨਿਕਾਂ ਦੇ ਵਿੱਚ ਵੇਖਿਆ ਜਾਵੇ ਤਾਂ ਛੋਟੇ ਬੱਚੇ ਜਿਹੜੇ ਨੇ ਇਸ ਸੁੱਕੀ ਠੰਡ ਦਾ ਸ਼ਿਕਾਰ ਹੋ ਕੇ ਜਿਹੜੇ ਨੇ ਉਹ ਆ ਰਹੇ ਨੇ, ਬੁਖਾਰ, ਗਲਾ ਦਰਦ, ਗਲਾ ਖਰਾਬ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ। ਔਰ ਦੂਸਰੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਅਜੇ ਤੱਕ ਜਿਹੜੀ ਆ ਧੁੰਦ ਸਾਫ਼ ਹੁੰਦੀ ਨਜ਼ਰ ਨਹੀਂ ਆਵੇਗੀ। ਤਕਰੀਬਨ 9:30 ਵਜੇ ਦਾ ਸਮਾਂ ਹੈ, ਪਰ ਅਜੇ ਤੱਕ ਧੁੰਦ ਜਿਹੜੀ ਆ ਜਿਉਂ ਦੀ ਤਿਉਂ ਬਣੀ ਹੋਈ ਹੈ। ਜੇਕਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਰਾਤ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਸੀ, ਪਰ ਰਾਤ ਸਵੇਰੇ ਜਦ ਤੜਕ ਸਾਰ ਜਿਹੜੀ ਆ ਧੁੰਦ ਅਚਾਨਕ ਡਿੱਗਦੀ ਹੈ ਤਾਂ ਫਿਰ ਵਾਹਨਾਂ ਦੀਆਂ ਲਾਈਟਾਂ ਜਿਹੜੀਆਂ ਨੇ ਔਨ ਹੋ ਜਾਂਦੀਆਂ ਨੇ, ਵਾਹਨਾਂ ਦੀ ਰਫ਼ਤਾਰ ਜਿਹੜੀ ਆ ਮੱਠੀ ਹੋ ਜਾਂਦੀ ਹੈ। ਕਿਤੇ ਨਾ ਕਿਤੇ ਜੇਕਰ ਵੇਖਿਆ ਜਾਵੇ ਤਾਂ ਰਫ਼ਤਾਰ 'ਤੇ ਬ੍ਰੇਕ ਜਿਹੜੀ ਜ਼ਰੂਰ ਲੱਗੀ ਹੈ। ਪਰ ਦੂਸਰੇ ਪਾਸੇ ਅਸੀਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਇਹ ਕਹਿ ਦਿੰਦੇ ਹਾਂ ਕਿ ਜੇਕਰ ਤੁਹਾਨੂੰ ਘਰ ਤੋਂ ਜ਼ਰੂਰੀ ਕੰਮ ਹੈ ਤਾਂ ਫਿਰ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਿਕਲੋ, ਨਹੀਂ ਤਾਂ ਘਰਾਂ ਦੇ ਵਿੱਚ ਰਹਿਣਾ ਹੀ ਜਿਹੜਾ ਮੁਨਾਸਬ ਹੈ। ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਕਿ ਕਿਸ ਕਦਰ ਪੂਰੀ ਤਰ੍ਹਾਂ ਦੇ ਨਾਲ ਲਪੇਟ ਕੇ ਮਾਪਿਆਂ ਵੱਲੋਂ ਸਕੂਲ ਜਿਹੜੇ ਉਹ ਛੱਡਣ ਲਿਜਾਏ ਜਾ ਰਹੇ ਨੇ। ਔਰ ਜੇਕਰ ਗੱਲ ਕਰੀਏ ਸਭ ਤੋਂ ਬੁਰੇ ਹਾਲਾਤ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਨੇ, ਕਿਉਂਕਿ ਵੇਖਿਆ ਜਾਵੇ ਤਾਂ ਠੰਡ ਸਭ ਤੋਂ ਜ਼ਿਆਦਾ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ 'ਤੇ ਆਪਣਾ ਜਿਹੜਾ ਉਹ ਅਸਰ ਵਿਖਾਉਂਦੀ ਹੈ। ਲਗਾਤਾਰ 3-4 ਦਿਨ ਮੌਸਮ ਸਾਫ਼ ਰਹਿਣ ਤੋਂ ਬਾਅਦ ਇੱਕ ਵਾਰ ਫਿਰ ਉਹੀ ਹਾਲਾਤ ਬਣ ਚੁੱਕੇ ਨੇ। ਧੁੰਦ ਜਿਹੜੀ ਆ ਉਹ ਡਿੱਗ ਚੁੱਕੀ ਆ, ਔਰ ਤਾਪਮਾਨ ਜਿਹੜਾ ਅੰਮ੍ਰਿਤਸਰ ਦਾ ਉਸ ਦੇ ਵਿੱਚ ਵੱਡੀ ਗਿਰਾਵਟ ਜਿਹੜੀ ਉਹ ਦਰਜ ਕੀਤੀ ਗਈ ਆ। ਡਾਕਟਰਾਂ ਦਾ ਕਹਿਣਾ, ਮਾਹਰ ਡਾਕਟਰਾਂ ਦਾ ਕਹਿਣਾ ਕਿ ਜੇਕਰ ਤੁਸੀਂ ਦੁਪਹੀਆ ਵਾਹਨ ਚਲਾ ਰਹੇ ਹੋ ਤਾਂ ਆਪਣੇ ਸਿਰ ਨੂੰ ਪੂਰੀ ਤਰ੍ਹਾਂ ਦੇ ਨਾਲ ਢੱਕ ਕੇ ਰੱਖੋ ਤਾਂ ਜੋ ਜਿਹੜਾ ਸੁੱਕੀ ਠੰਡ ਦੇ ਕਹਿਰ ਤੋਂ ਤੁਹਾਡਾ ਬਚਾਅ ਹੋ ਸਕੇ।
ਇੱਕ ਤਾਂ ਸੁੱਕੀ ਠੰਡ ਪੈ ਰਹੀ, ਦੂਸਰੀਆਂ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ, ਜਿਸ ਦੇ ਚੱਲਦਿਆਂ ਪਾਰਾ ਲਗਾਤਾਰ ਅੰਮ੍ਰਿਤਸਰ ਦਾ ਡਿੱਗਦਾ ਜਾ ਰਿਹਾ ਔਰ ਠੰਡ ਦੇ ਵਿੱਚ ਲਗਾਤਾਰ ਇਜ਼ਾਫਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਸਾਡੀ ਇੱਕ ਵਾਰ ਫਿਰ ਦਰਸ਼ਕਾਂ ਨੂੰ ਅਪੀਲ ਹੈ ਕਿ ਜਿਵੇਂ ਧੁੰਦ ਇੱਕ ਵਾਰ ਫਿਰ ਡਿੱਗੀ ਹੈ ਤਾਂ ਆਪਣੇ ਵਾਹਨਾਂ ਦੀ ਰਫ਼ਤਾਰ ਨੂੰ ਜਿਹੜਾ ਉਹ ਮੱਠਾ ਰੱਖੋ ਤਾਂ ਜੋ ਸੜਕ ਦੁਰਘਟਨਾ ਤੋਂ ਜਿਹੜਾ ਉਹ ਬਚਿਆ ਜਾ ਸਕੇ। ਸਰਵਨ ਸਿੰਘ ਰੰਧਾਵਾ, ਸਪੋਕਸਮੈਨ ਟੀਵੀ ਲਈ, ਕੈਮਰਾਮੈਨ ਸਾਥੀ ਦੀਪਕ ਬਜਾਜ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ।